ਹਿਊਮਨ ਡਿਗਨਿਟੀ ਧਰਤੀ ਤੇ ਮਨੁੱਖ ਦੇ ਆਜ਼ਾਦ ਸਬੰਧਾਂ ਤੋਂ ਬਿਨਾ ਨਹੀਂ ਪੈਦਾ ਹੋ ਸਕਦੀ ਤੁਸੀਂ ਜਿੰਨਾ ਮਰਜ਼ੀ ਕਹੀ ਜਾਓ ਹਰ ਬੰਦੇ ਕੋਲ ਕੋਈ ਨਾ ਕੋਈ ਪਲਾਟ ਚਾਹੀਦਾ ਜਿੱਤੇ ਉਹ ਆਪਣੀ ਖੁਰਾਕ ਪੈਦਾ ਕਰੇ ਉੱਥੇ ਦੀ ਮਾਲਕੀ ਹੋਵੇ ਹਿਊਮਨ ਡਿਗਨਿਟੀ ਇਸ ਤੋਂ ਬਿਨਾ ਕਾਇਮ ਨਹੀਂ ਰਹਿ ਸਕਦੀ ਇਸ ਨੂੰ ਸਤਗੁਰੂ ਗੋਬਿੰਦ ਸਿੰਘ ਜੀ ਵਿਲੇ ਦੇਗ ਫਤਿਹ ਕਿਹਾ ਦੇਗ ਫਤਿਹ ਅਗਰ ਤੁਹਾਡੀ ਦੇਗ ਫਤਿਹ ਆ ਤਾਂ ਠੀਕ ਹੈ ਜੇ ਤੁਹਾਡੀ ਦੇਗ ਮੰਗਵਾਰੀ ਹੈ ਤਾਂ ਤੁਸੀਂ ਗੁਲਾਮ ਹੈ ਭਾਵੇਂ ਜਿੰਨੇ ਮਰਜ਼ੀ ਆਜ਼ਾਦੀ ਦੇ ਜਸ਼ਨ ਮਨਾ ਲਓ there can be no permanent progress in the battle against hunger until the agencies that fight for increased food production and those that fight for population control unite in a common effort chaude vich jehde pehla jehdi kheti badi jehdi chaldi si oh zyada tar kudrati kheti si kudrati kheti de vich assi kudrati kheti de vich ki aunda ki assi sade kole local varietyan sigiyan ਅ ਅਨਾਜ ਦੀਆਂ ਅਸੀਂ ਉਹ ਬੀਜ ਦੇ ਸੀਗੇ ਜਿਹਦੀਆਂ ਲੋਕਲ ਵੈਰਾਈਟੀ ਸੀ ਤੇ ਉਹਦੀ 19 ਸਾਡੇ ਕੋਲੇ ਉਪਜ ਹੁੰਦੀ ਸੀ ਅਸੀਂ ਦਾਲਾਂ ਬੀਜਦੇ ਸੀ ਗੰਨਾ ਬੀਜਦੇ ਸੀਗੇ ਕਿਉਂਕਿ ਉਹਨਾਂ ਦੀ ਲੋਕਲ ਡਿਮਾਂਡ ਸੀਗੀ ਲੋਕਲ ਡਿਮਾਂਡ ਸੀ ਤਾਂ ਕਰਕੇ ਅਸੀਂ ਉਹ ਬੀਜ ਦੇ ਸੀਗੇ ਉਸ ਤੋਂ ਬਾਅਦ ਜਦੋਂ ਅ ਜਿਹੜੀ ਸਵਾਮੀ ਨਾਥਨ ਸੀਗੇ ਜਦੋਂ ਸਵਾਮੀ ਨਾਥਨ ਨੇ ਜਿਹੜਾ ਅ ਅੰਤਰਰਾਸ਼ਟਰੀ ਮਾਡਲ ਸੀਗਾ ਜਿਹੜਾ ਗ੍ਰੀਨ ਰੈਵੋਲੂਸ਼ਨ ਦਾ ਸਵਾਮੀ ਨਾਥਨ ਲੈ ਕੇ ਆਏ ਪੰਜਾਬ ਦੇ ਵਿੱਚ ਪੰਜਾਬ ਦਾ ਸਭ ਤੋਂ ਪਹਿਲਾ ਮਤਲਬ ਜਿਹੜੀ ਲੈਬੋਰਾਟਰੀ ਬਣੀ ਗ੍ਰੀਨ ਰੈਵੋਲੂਸ਼ਨ ਦੀ 1960ਵਿਆਂ ਦੇ ਵਿੱਚ ਅਸੀਂ ਗ੍ਰੀਨ ਰੈਵੋਲੂਸ਼ਨ ਲੈ ਕੇ ਆਏ ਗ੍ਰੀਨ ਰੈਵੋਲੂਸ਼ਨ ਨੇ ਆਰਥਿਕ ਪੱਧਰ ਦੇ ਉੱਤੇ ਸਾਡਾ ਥੋੜੇ ਸਮੇਂ ਦੇ ਲਈ ਫਾਇਦਾ ਤਾਂ ਜ਼ਰੂਰ ਕੀਤਾ ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਰੀਜਨਲ ਪੱਧਰ ਦੇ ਉੱਤੇ ਹੋਣ ਵਾਲਾ ਅਨਾਜ ਆ ਉਹ ਕੁਦਰਤੀ ਵਰਤਾਰੇ ਦੇ ਅਨੁਸਾਰ ਵਾਪਰਦਾ ਉਹਦੇ ਵਿੱਚ ਲੋਕਲ ਕੀਟ ਪਤੰਗੀਆਂ ਦੀਆਂ ਜਿਹੜੀਆਂ ਲੋਕਲ ਵੈਰਾਈਟੀਆਂ ਨੇ ਉਹ ਜਉਂਦੀਆਂ ਰਹਿੰਦੀਆਂ ਠੀਕ ਹੈ ਸਾਡੇ ਕੋਲੇ ਉਸ ਟਾਈਮ ਦੇ ਵਿੱਚ ਜਿਹੜੇ ਲੋਕਲ ਜਿਹੜੇ ਸਾਡੇ ਜਿਵੇਂ ਝਾੜੀਆਂ ਸੀ ਕਿਕਰਾਂ ਸੀ ਟਾਲੀਆਂ ਸੀ ਉਹ ਜਿਹੜੇ ਪਸ਼ੂ ਪੰਛੀ ਸੀ ਜਿਹੜੀ ਉਹ ਇੱਕ ਇਕੋਲਜੀ ਬਣਦੀ ਸੀ ਜਿਹੜੀ ਉਹਦੇ ਨਾਲ ਉਹਦੇ ਤੇ ਕੋਈ ਫਰਕ ਨਹੀਂ ਸੀ ਜਦੋਂ ਗ੍ਰੀਨ ਰੈਵਲੂਸ਼ਨ ਲੈ ਕੇ ਆਏ ਗ੍ਰੀਨ ਰੈਵਲੂਸ਼ਨ ਦੇ ਨੇ ਉਹ ਸਾਰਾ ਕੁਝ ਤਹਸਨਸ ਕਰਤਾ ਅਸੀਂ ਇੱਕ ਫਸਲੀ ਜਿਹੜਾ ਚੱਕਰ ਸੀ ਉਹਦੇ ਵਿੱਚ ਫਸ ਗਏ ਝੋਨੇ ਤੇ ਕਣਕ ਦੇ ਵਿੱਚ ਗ੍ਰੀਨ ਰੈਵਲੂਸ਼ਨ ਜਿਹੜਾ ਆ ਉਹਨੇ ਸਾਡੀ ਸਟੇਟ ਦੀ ਤਬਾਈ ਕੀਤੀ ਹੈ ਅਸਲ ਦੇ ਵਿੱਚ ਜਿਹੜਾ ਇਹ ਸਾਨੂੰ ਐਸ ਐਕਸਪੈਰੀਮੈਂਟ ਸਟੇਟ ਦੇ ਤੌਰ ਤੇ ਯੂਜ਼ ਕਰ ਲਿਆ ਉਹ ਬੀਜ ਵੀ ਉਸ ਤਰੀਕੇ ਦੀ ਸੀ ਜਿਨ੍ਹਾਂ ਨੂੰ ਖਾਦ ਦੀ ਲੋੜ ਸੀਗੀ ਔਰ ਖਾਦ ਦੇ ਨਾਲ ਨਾਲ ਪਾਣੀ ਦੀ ਬਹੁਤਾਤ ਵਿੱਚ ਲੋੜ ਸੀਗੀ ਅਸਲ 'ਚ ਉਹ ਸਾਡੀ ਜੈਨੋਸਾਈਡ ਹੀ ਹੈ ਉਹ ਸਾਡੀ ਇਕਨੋਮਿਕ ਜੈਨੋਸਾਈਡ ਦਾ ਹਿੱਸਾ ਜਿਹੜਾ ਕਿ ਸਾਨੂੰ ਪਤਾ ਨਹੀਂ ਲੱਗਿਆ ਇਹ ਜਿਹੜੀ ਕੰਜ਼ਿਊਮਰਿਜ਼ਮ ਦੀ ਫਤਿਹ ਹੈ ਐਕਚੁਅਲੀ ਜਿੰਨਾ ਕੰਜ਼ਿਊਮਰਿਜ਼ਮ ਵਧੂਗਾ ਉਹਨਾਂ ਕਾਰਪੋਰੇਸ਼ਨ ਨੂੰ ਮੁਨਾਫਾ ਆਊਗਾ ਆਲਟੀਮੇਟਲੀ ਜਿਹੜੇ ਸਾਡੀ ਬੈਂਕਿੰਗ ਪਾਵਰਸ ਆ ਦੁਨੀਆ ਦੀਆਂ ਸਿੱਕਾ ਪਾਵਰ ਹਾਂਜੀ ਉਹ ਸਾਡੇ ਤੇ ਰੂਲ ਕਰ ਰਹੀ ਆ ਤੇ ਸਿੱਕਾ ਪਾਵਰ ਆ ਜਿਹੜੇ ਉਹ ਭਾਵੇਂ ਬਿਲਗੇਟਸ ਹੈਗਾ ਉਹਦਾ 파ਟਨਰ ਭਾਵੇਂ ਉਹ ਰੌਕਫੈਲਰ ਆ ਭਾਵੇਂ ਉਹ ਰੌਥਸਚਾਈਲਡ ਹੈਗੇ ਆ ਤੇ ਦੁਨੀਆ ਦੇ ਵੱਡੇ ਵੱਡੇ ਬੈਂਕ ਸਾਰਾ ਰੋਮਨ ਕੈਥੋਲਿਕ ਚਰਚ ਦਾ ਪੈਸਾ ਉਹਨਾਂ ਕੋਲ ਪਿਆ ਠੀਕ ਆ ਜੀ ਤਾਂ ਕਿਉਂ ਵੱਡੇ ਵੱਡੇ ادارےਾਂ ਦੇ ਪੈਸੇ ਉਹਨਾਂ ਕੋਲ ਹੀ ਆ ਕਾਰਪੋਰੇਸ਼ਨ ਜਿਹੜੀਆਂ ਨੇ ਉਹ ਪੈਸੇ ਕਿੱਥੋਂ ਲੈਂਦੀਆਂ ਕਾਰਪੋਰੇਸ਼ਨਸ ਪੈਸੇ ਇਹ ਬੈਂਕਿੰਗ ਕਾਰਪੋਰੇਟਸ ਤੋਂ ਲੈ ਰਹੀਆਂ ਤੇ ਬੈਂਕਿੰਗ ਕਾਰਪੋਰੇਟਸ ਨੂੰ ਉਹ ਪੈਸੇ ਵਾਪਸ ਕਰਨੇ ਹੁੰਦੇ ਆ ਤੇ ਉਹਦੇ ਲਈ ਉਹ ਫਿਰ ਦੁਨੀਆ ਤੇ ਜ਼ੁਲਮ ਕਰਦੀਆਂ ਫਾਰ ਐਗਜ਼ਾਮਪਲ ਈਸਟ ਇੰਡੀਆ ਕੰਪਨੀ ਕਰਜ਼ ਲੈ ਕੇ ਇੰਗਲੈਂਡ ਤੋਂ ਇੰਡੀਆ ਚ ਆਈ ਹੁਣ ਉਹਨੇ ਕਰਜ਼ ਵਾਪਸ ਕਰਨਾ ਔਰ ਰਥਲੈਸ ਹੋ ਗਈ ਭਾਵੇਂ ਉਹਨੂੰ ਲੋਕਾਂ ਦੀਆਂ ਅੰਗੂਠੇ ਵੱਢਣੇ ਪਏ ਕਿ ਮਲਮਲ ਨਹੀਂ ਪੈਦਾ ਕਰਨ ਦੇਣੀ ਤਾਂ ਕਿ ਇੰਗਲੈਂਡ ਦਾ ਕਪੜਾ ਵਿਕੇ ਭਾਵੇਂ ਨੀਲ ਦੀ ਖੇਤੀ ਕਰਾ ਕੇ ਉਹੋ ਖੇਤਾਂ ਨੂੰ ਜ਼ਹਿਰੀ ਬਣਾ ਦੋ ਅਤੇ ਜਿਹੜੇ ਬੱਚੇ ਆ ਉਹ ਵਿਕਲਾਂਗ ਯਾਨੀ ਕਿ ਅਪਾਹਜ ਪੈਦਾ ਹੋਣੇ ਸ਼ੁਰੂ ਹੁੰਦੇ ਆ ਉਹ ਇਹ ਸਾਰੀਆਂ ਚੀਜ਼ਾਂ ਕਿਉਂ ਕਰਦੇ ਆ ਕਿਉਂਕਿ ਉਹਨਾਂ ਨੇ ਪਿੱਛੋਂ ਕਰਜ਼ੇ ਲੈ ਕੇ ਇਨਵੈਸਟਮੈਂਟ ਕੀਤੀ ਹੁੰਦੀ ਆ ਉਹਨਾਂ ਨੂੰ ਵਾਪਸ ਕਰਨੀ ਆ ਗੱਲ ਇਸ ਐਕਟ ਦੇ ਵਿੱਚ ਜਿਹੜੀ ਹੈ ਜੇ ਡਿਸਪਿਊਟ ਹੋ ਜਾਂਦਾ ਹੈ ਟਰੇਡਰ ਤੇ ਫਾਰਮਰ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਕਿਸ ਰੂਪ ਦੇ ਵਿੱਚ ਜੋ ਹੈ ਉਸ ਡਿਸਪਿਊਟ ਨੂੰ ਰਿਜ਼ੋਲਵ ਕੀਤਾ ਜਾਊਗਾ ਤਾਂ ਉਹਦੇ ਲਈ ਚੈਪਟਰ 3 ਇਸ ਐਕਟ ਦਾ ਜੋ ਕਹਿੰਦਾ ਹੈ ਵੀ ਇਹਦੇ ਵਿੱਚ ਐਸ ਡੀ ਐਮ ਕੋਲੇ ਪਾਵਰਾਂ ਦਿੱਤੀਆਂ ਹੋਈਆਂ ਜੋ ਸਬ ਡਿਵੀਜ਼ਨਲ ਮੈਜਿਸਟਰੇਟ ਹੋਊਗਾ ਉਹਨੇ ਇੱਕ ਕੰਸੀਲੀਏਸ਼ਨ ਦਾ ਪ੍ਰੋਸੀਜਰ ਅਡਾਪਟ ਕਰਨਾ ਹੈ ਇੱਕ ਕੰਸੀਲੀਏਸ਼ਨ ਬੋਰਡ ਦਾ ਗਠਨ ਕਰਨਾ ਇਸ ਬੋਰਡ ਦੇ ਵਿੱਚ ਜੋ ਚੇਅਰਮੈਨ ਹੋਊਗਾ ਉਹ ਕੋਈ ਵੀ ਆਫੀਸਰ ਜੋ ਐਸ ਡੀ ਐਮ ਦੇ ਬਿਲੋ ਜਾਂ ਸਬਾਰਡੀਨੇਟ ਕੰਮ ਕਰਦਾ ਹੈ ਉਸ ਨੂੰ ਅਪਾਇੰਟ ਕੀਤਾ ਜਾਊ ਆਮ ਤੌਰ ਤੇ ਤਹਿਸੀਲਦਾਰ ਨੈਪ ਤਹਿਸੀਲਦਾਰ ਕੰਨੋਗੋ ਇਹ ਆਫੀਸਰਸ ਹੁੰਦੇ ਨੇ ਜਿਹੜੇ ਇੱਕ ਐਸ ਡੀ ਐਮ ਦੇ ਅੰਡਰ ਕੰਮ ਕਰਦੇ ਨੇ ਤਾਂ ਇਹਨਾਂ ਚੋਂ ਕਿਸੇ ਨੂੰ ਚੇਅਰਮੈਨ ਅਪਾਇੰਟ ਕੀਤਾ ਜਾਊਗਾ ਕੰਸੀਲੀਏਸ਼ਨ ਬੋਰਡ ਦਾ ਤੇ ਕੰਸੀਲੀਏਸ਼ਨ ਬੋਰਡ ਦੇ ਵਿੱਚ ਦੋ ਤੋਂ ਵੱਧ ਮੈਂਬਰ ਮਿਨੀਮਮ ਦੋ ਤੋਂ ਵੱਧ ਮੈਂਬਰ ਹੋਣੇ ਚਾਹੀਦੇ ਆ ਤੇ ਚਾਰ ਤੋਂ ਘੱਟ ਇਹਨੇ ਮੈਂਬਰ ਹੋਣੇ ਚਾਹੀਦੇ ਆ ਤੇ ਜਿਹੜੇ ਮੈਂਬਰ ਨੇ ਉਹ ਜਿੰਨੀਆਂ ਪਾਰਟੀ ਜੋ ਪਾਰਟੀਆਂ ਦੇ ਵਿੱਚ ਡਿਸਪਿਊਟ ਹੈ ਉਹ ਇਕੁਅਲੀ ਪਾਰਟੀ ਦੀ ਰਿਪਰੈਜ਼ੈਂਟੇਸ਼ਨ ਵਾਲੇ ਮੈਂਬਰ ਹੋਣਗੇ ਤੇ ਉਹ ਮੈਂਬਰਾਂ ਦੀ ਰეკਮੈਂਡੇਸ਼ਨ ਵੀ ਪਾਰਟੀਆਂ ਦੇ ਵੱਲੋਂ ਦਿੱਤੀ ਜਾਊਗੀ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੱਕ ਆਮ ਕਿਸਾਨ ਜਿਹਦੇ ਕੋਲੇ 5 ਏਕੜ ਜਾਂ ਉਤੋਂ ਵੀ ਘੱਟ ਜ਼ਮੀਨ ਹੈ ਉਹ ਐਸੇ ਕਿਸ ਵਿਅਕਤੀ ਨੂੰ ਲੈ ਕੇ ਆਊਗਾ ਕੌਣ ਬੰਦਾ ਉਹਦਾ ਕੇਸ ਉੱਥੇ ਪੁੱਟ ਫੋਰਥ ਕਰੂਗਾ ਐਸਡੀਐਮ ਦੇ ਅੱਗੇ ਜਾਂ ਚੇਅਰਮੈਨ ਦੇ ਅੱਗੇ ਜੋ ਕੰਸੀਲੀਏਸ਼ਨ ਬੋਰਡ ਦਾ ਹੈ ਆਪਦੇ ਹੱਕ ਦੇ ਵਿੱਚ ਜਦ ਕਿ ਦੂਜੇ ਪਾਸੇ ਜੇ ਟਰੇਡਰ ਨੇ ਤਾਂ ਉਹ ਵੱਡੇ ਵੱਡੇ ਟਰੇਡਰ ਜਾਂ ਵੱਡੇ ਵੱਡੇ ਕਾਰਪੋਰੇਟ ਜਾਂ ਕੰਪਨੀਆਂ ਨੇ ਜੋ ਇਸ ਕੰਮ ਦੇ ਲਈ ਇੱਕ ਪਰਮਾਨੈਂਟ ਜੋ ਹੈ ਇੱਕ ਰੂਪ ਦੇ ਵਿੱਚ ਆਡਡ ਇਲਾਕਿਆਂ ਦੇ ਵਿੱਚ ਪਰਮਾਨੈਂਟ ਕੋਈ ਨਾ ਕੋਈ ਆਦਮੀ ਨੂੰ ਜੋਬ ਤੇ ਰੱਖ ਸਕਦੀਆਂ ਵੀ ਆਪਾਂ ਡਿਸਪਿਊਟ ਜੇ ਉਹ ਆਉਣ ਤੇ ਆ ਜਾਣ ਤੇ ਵੀ ਡਿਸਪਿਊਟ ਹੁੰਦੀ ਹੀ ਰਹਿੰਦੇ ਕਿਸਾਨਾਂ ਦੇ ਨਾਲ ਕੋਈ ਨਾ ਕੋਈ ਡਿਸਪਿਊਟ ਤੇ ਜੇ ਜਾਂ ਕਿਤੇ ਕਿਸੇ ਕਿਸਾਨ ਨਾਲ ਧੱਕਾ ਕਰਨ ਲੱਗਦੇ ਨੇ ਤਾਂ ਉਹ ਇੱਕ ਪਰਮਾਨੈਂਟ ਬੰਦਾ ਰੱਖ ਸਕਦੇ ਨੇ ਜੋ ਮੁਕਾਬਲਾ ਜੋ ਹੈ ਬਰਾਬਰੀ ਦਾ ਨਹੀਂ ਹੋਏਗਾ ਇਸ ਸਿਚੁਏਸ਼ਨ ਦੇ ਵਿੱਚ ਤਾਂ ਇੱਕ ਇੰਪਾਰਸ਼ੀਅਲਟੀ ਦੀ ਜਿਹੜੀ ਕਾਨੂੰਨ ਦੇ ਵਿੱਚ ਜ਼ਰੂਰਤ ਹੁੰਦੀ ਹੈ ਕਿਸੇ ਐਕਟ ਦੇ ਵਿੱਚ ਉਹਨੂੰ ਲਾਗੂ ਕਰਾਉਣ ਲਈ ਕਿ ਇੰਪਾਰਸ਼ੀਅਲਟੀ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਉਹ ਕਿਤੇ ਨਾ ਕਿਤੇ ਇਸ ਐਕਟ ਦੇ ਵਿੱਚ ਜਿਸ ਰੂਪ ਦੇ ਵਿੱਚ ਕੰਸਿਲੀਏਸ਼ਨ ਬੋਰਡ ਦੇ ਗਠਨ ਦੀ ਗੱਲਾਂ ਕਰ ਰਹੇ ਨੇ ਤੇ ਕਿਸ ਰੂਪ ਦੇ ਵਿੱਚ ਪਾਵਰ ਜਿਹੜੀ ਆਫੀਸਰਸ ਨੂੰ ਦਿੱਤੀਆਂ ਨੇ ਜਿਵੇਂ ਇੱਕ ਐਸ ਡੀ ਐਮ ਨੂੰ ਦਿੱਤੀਆਂ ਜਿਹਨੂੰ ਕੋਈ ਡਿਸਪਿਊਟ ਰੀਸੋਲਵਿੰਗ ਕੰਪੀਟੈਂਸ ਜਾਂ ਉਸ ਰੂਪ ਦੇ ਵਿੱਚ ਟ੍ਰੇਨਿੰਗ जे आप कंपेयर करिए सिविल कोर्ट्स के मुकाबले जीडिया अवेलेबल कोर्ट्स ने वो सिस्टम के अकॉर्डिंगली कोई कंपीटेंस नहीं है ना कोई एक्सपीरियंस है ऑर्डर पासिंग स्किल्स जीडिया ने उन्होंने वो दी कोई ट्रेनिंग नहीं दी गई संगरूर में कोक पेप्सी का प्लांट है ठीक है कोक पेप्सी वालों ने हमारे आस के लोगों को बोला था कि आप क्या करो आलू आलू, आलू। और मिर्ची बीजू जो उनके चिप्स में डलते हैं चिप्स में डलते हैं वो उसकी खेती करिए हम आपसे खरीदेंगे ठीक है ठीक है अब आलू है या मिर्ची है वो खुले आसमान के नीचे होती है दोस्त ठीक है।, है वो ऐसे तो नहीं है किसी बॉयलर के 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 अंदर या के अंदर या के अंदर या या कंप्रेसर फ्रिज नहीं हो सकती नहीं है ठीक है, है। एकदम ऑर्गेनिक प्रोसेस प्रोसेस ऑर्गेनिक है और उस पर बहुत सारी चीजें वेदर पे डिपेंड करती हैं जो चीज नेचुरल है वो नेचुरल है जब हमने वो सारी चीजें कर ली तो उसके बाद उन्होंने वो खरीदने से मना कर दिया तो उनका रीजन क्या था खरीदने से मना नहीं किया उन्होंने जो दाम तय किया था उस दाम से उस दाम पे खरीदने से मना कर अच्छा। दिया ये है। हुआ, हुआ है ठीक और उसके बाद क्या हुआ कि जब वो चीज लेके गए हाँ। अब हम प्रदर्शन करने गए अब हम कोर्ट में जा नहीं सकते हैं, हाँ। हम गए एसडीएम के पास एसडीएम तक ही जा सकते हैं। तो तो में भी यही है कि एसडीएम एसडीएम तक। ने क्या किया कि कोक पेप्सी वालों को बुलाया और वो कहते ही ये देखो ये कॉन्ट्रैक्ट है जी है। इसमें लिखा हुआ था कि हम इतना ये क्वालिटी चाहिए ये क्वालिटी इन्होंने मेंटेन नहीं की अच्छा। इसलिए हम नहीं खरीद सकते एस ने कहा बिल्कुल सही कह रहे हैं ये कॉन्ट्रैक्ट आप जा सकते इंग्लैंड की जी जितनी भी इन्वेस्टमेंट सी कंपनिया की वह लोन्स तो आई हुई सी ठीक है जी तो इंडिया जो अवेयरनेस आई तो इंडिया की जीडी ਪੜਨ ਲਿਖਣ ਵਾਲੀ ਜਮਾਤ ਸੀ ਜਿਵੇਂ ਜਿੰਨਾ ਬਾਹਰ ਪੜਨ ਚਲਾ ਗਿਆ ਮਹਾਤਮਾ ਗਾਂਧੀ ਬਰਿਸ਼ਟਰ ਬਣਿਆ ਇਹ ਪਟੇਲ ਵਗੈਰਾ ਰਜਿੰਦਰ ਪ੍ਰਸਾਦ ਇਹ ਸਾਰੇ ਕੌਣ ਸੀਗੇ ਇਹ ਲੌਇਰ ਸੀਗੇ ਸੋ ਇਹਨਾਂ ਨੂੰ ਰਾਜਤੰਤਰ ਦੀ ਸਮਝ ਸੀਗੀ ਅੰਗਰੇਜ਼ਾਂ ਨੇ ਜਦੋਂ ਇੰਡੀਆ ਚ ਕਾਨੂੰਨ ਬਣਾਏ ਆ ਉਹ ਮੌਲਵੀਆਂ ਮੁਫਤੀਆਂ ਅਤੇ ਬ੍ਰਾਹਮਣ ਪੰਡਤਾਂ ਤੋਂ ਬਕਾਇਦਾ ਸਲਾਹ ਲੈ ਕੇ ਕਾਨੂੰਨ ਬਣਾਉਂਦੇ ਰਹੇ ਪਾਰਟਿਸਪੇਟ ਕਰਦੇ ਰਹਿਆ ਨਾਲ ਉਹਦੇ ਨਾਲ ਕੀ ਹੋਇਆ ਕਿ ਇੰਡੀਅਨ ਲਾਅ ਦੀ ਨੇਚਰ ਐਸੀ ਬਣ ਗਈ ਕਿ ਉਸਤੇ ਤੇ ਅਗਰ ਹੀ ਖਾਸ 엘ੀਟ ਕਲਾਸ ਕਾਬਜ ਹੋ ਜਾਏ ਤਾਂ ਉਹਨਾਂ ਦਾ ਰਾਜ ਹੋ ਜਾਏਗਾ ਕਿਉਂ ਕਾਨੂੰਨ ਹੀ ਰਾਜਤੰਤਰੀ ਆ ਕਾਨੂੰਨ ਹੀ ਰਾਜਤੰਤਰੀ ਆ ਜੇ ਖਾਸ ਕਲਾਸ ਦਾ ਉਸ ਐਡਮਿਨਿਸਟ੍ਰੇਸ਼ਨ ਤੇ ਕਬਜ਼ਾ ਹੋ ਜਾਏ ਤਾਂ ਫਿਰ ਰਾਜਤੰਤਰ ਉਹਨਾਂ ਦੇ ਹੱਥੀਂ ਚ ਆ ਜਾਂਦਾ ਸੋ ਸਰ ਸੈਦ احمد ਖਾਨ ਅਤੇ ਇੱਧਰ ਰਾਜਾ ਰਾਮ ਮੋਨ ਰਾਏ ਇਹ ਸਾਰੇ ਕੋਸ਼ਿਸ਼ ਸੀਗੇ ਇਸ ਚੀਜ਼ ਬਾਰੇ ਅਤੇ ਉਸ ਤੋਂ ਬਾਅਦ ਇਸ ਚੀਜ਼ ਬਾਰੇ ਸਭ ਤੋਂ ਜ਼ਿਆਦਾ ਕੌਸ਼ਨ ਸੀਗਾ ਭੀਮrao ਅੰਬੇਡਕਰ। ਤੋਂ ਇਹ ਜਮਾਤਾਂ ਭਿੜਨ ਲੱਗ ਪਈਆਂ। ਅੰਬੇਡਕਰ ਦਾ ਸੀਗਾ ਕਿ 22% ਜਿਹੜੀ ਸ਼ੈਡਿਊਲ ਕਾਸਟ ਪਾਪੂਲੇਸ਼ਨ ਹੈ ਜਿਹਨੂੰ ਪਹਿਲਾਂ ਦਲਿਤ ਐ ਹਰੀਜਨ ਕਹਿੰਦੇ ਸੀ ਕਿ ਇਹਨਾਂ ਨੂੰ ਮੈਂ ਉਸ ਰਾਜਤੰਤਰ ਦੀ ਪਦਵੀ ਤੇ ਲਿਆਵਾਂ। ਤੇ ਹਜ਼ਾਰਾਂ ਸਾਲਾਂ ਤੋਂ ਦਬੇ ਆ ਇਹਨਾਂ ਨੂੰ ਤਾਂ ਅਲਬੇ ਯਾਨੀ ਪੜ੍ਹਨਾ ਹੀ ਨਹੀਂ ਹੁੰਦਾ। ਤੋ ਪਹਿਲਾਂ ਇਹਨੂੰ এডੂਕੇਸ਼ਨ ਚ ਰਿਜ਼ਰਵੇਸ਼ਨ ਫਿਰ ਨੌਕਰੀਆਂ ਚ ਰਿਜ਼ਰਵੇਸ਼ਨ ਬਈ ਇਹਨਾਂ ਦੀ ਚੌਥੀ ਪੰਜਵੀਂ ਪੀੜ੍ਹੀ ਉੱਥੇ ਪਹੁੰਚ ਜਾਊਗੀ ਇਹ ਉਹਦੀ ਬਹੁਤ ਵੱਡੀ ਪ੍ਰਾਪਤੀ ਆ ਮੈਂ ਤਾਂ ਜਦੋਂ ਮੈਂ ਹਜ਼ਾਰਾਂ ਸਾਲ ਦੇ ਇਤਿਹਾਸ ਦੇਖਦਾ ਇਹ ਇਹ ਲੀਗਲ ਟੈਕਨੋਲੋਜੀ ਵਰਤੀ ਆ ਉਸਨੇ ਜਿਹੜਾ ਵਾਤਾਵਰਨ ਦੀ ਜਿਹੜੀ ਤਬਦੀਲੀ ਆ ਰਹੀ ਹੈ ਸਾਨੂੰ ਸਾਡੇ ਪੁਰਾਣੇ ਜਿਹੜਾ ਪ੍ਰਾਤਨ ਸਮੇਂ ਵਿੱਚ ਜਿਹੜਾ ਹੋਇਆ ਆ ਪੁਰਾਣੇ ਸਮੇਂ ਵਿੱਚ ਸਾਨੂੰ ਉਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜਿਹੜੀ ਪੰਜਾਬ ਦੀ ਧਰਤੀ ਪੰਜਾਬ ਹਰਿਆਣਾ ਦੀ ਦਿੱਲੀ ਦੀ ਇਸ ਧਰਤੀ ਦੇ ਉੱਤੇ ਪਹਿਲਾਂ ਇੱਕ ਸੱਭਿਅਤਾ ਹੁੰਦੀ ਸੀ ਜਿਹਨੂੰ ਸਿੰਧੂ ਘਾਟੀ ਦੀ ਸੱਭਿਅਤਾ ਕਹਿੰਦੇ ਆ ਉਹਦੇ ਖਤਮ ਹੋਣ ਦੇ ਬਹੁਤ ਕਾਰਨ ਨੇ ਉਹਨਾਂ ਵਿੱਚੋਂ ਇੱਕ ਕਾਰਨ ਫਸਲ ਦਾ ਫੇਲ ਹੋਣਾ ਸੀਗਾ ਜਿਹੜੀ ਫਸਲ ਦਾ ਅਸਫਲਤਾ ਸੀ ਉਹ ਫਸਲ ਦੀ ਅਸਫਲਤਾ ਜਿਹੜੀ ਸੀਗੀ ਉਹ ਕਲਾਈਮੇਟ ਕਾਰਨ ਕਰਕੇ ਹੋਈ ਵਾਤਾਵਰਨ ਦੀ ਤਬਦੀਲੀ ਕਰਕੇ ਹੋਈ ਜਿਹੜਾ ਪਾਣੀ ਦੇ ਵਹਿਣ ਸੀਗੇ ਉਹਨਾਂ ਦੇ ਉਹਨਾਂ ਦੇ ਵਿੱਚ ਬਦਲਾ ਕਰਕੇ ਹੋਈ ਇੱਕ ਸਰਦੀ ਪੁੱਜ ਦੀ ਰੱਜੀ ਪੁੱਜੀ ਜਿਹੜੀ ਸੱਭਿਆਤਾ ਸੀ ਖਤਮ ਹੋ ਗਈ ਉਹਦੇ ਵਿੱਚ ਉਹਦੇ ਸਾਡੇ ਕੋਲੇ ਸਿਰਫ ਖੰਡਰ ਬਚਦੇ ਆ ਹੁਣ ਸਾਡੀ ਜਿਹੜੀ ਅਸੀਂ ਇਸ ਜਗ੍ਹਾ ਦੇ ਉੱਤੇ ਜਿਹੜੀ ਸਾਡੀ ਸੱਭਤ ਆ ਇਹ ਖੰਡਰ ਨਾ ਹੋ ਜੇ ਇਸੇ ਕਰਕੇ ਇਹਨੂੰ ਬਚਾਉਣਾ ਜ਼ਰੂਰੀ ਆ ਇਹਦੇ ਕੋਲੇ ਸਾਡੇ ਇਹਦੇ ਵਿੱਚ ਸਾਡੇ ਕੋਲੇ ਕੇਸ ਸਟੱਡੀਜ਼ ਹੁੰਦੀਆਂ ਨੇ ਕਿ ਰਾਜਨੀਤਿਕ ਤੌਰ ਦੇ ਉੱਤੇ ਤੇ ਜਿਹੜੇ ਰਾਜਨੀਤਿਕ ਤੇ ਜਿਹੜੇ एनवायरनमेंट ਵਾਲੇ ਜਿਹੜੇ ਉਹ ਆਪਸ ਵਿੱਚ ਜਦੋਂ ਮਿਲ ਜਾਂਦੇ ਨੇ ਉਹ ਕਿਦਾਂ ਡੈਲਿਟੀਰੀਅਸ ਹੁੰਦੇ ਕਿਦਾਂ ਲੋਕਾਂ ਦੇ ਲਈ ਹਾਨੀਕਾਰਕ ਹੁੰਦੇ ਇਹਦਾ ਸਾਡੇ ਕੋਲ ਉਦਾਹਰਨ ਮਿਲਦੀ ਹੈ ਸੀਰੀਆ ਦੇ ਵਿੱਚ ਸੀਰੀਆ ਦੇ ਵਿੱਚ ਤਾਨਾਸ਼ਾਹੀ ਰਾਜ ਸੀਗਾ ਲੋਕਾਂ ਨੇ ਬਦਰੋਹ ਕੀਤਾ ਲੋਕਾਂ ਨੇ ਕਿਹਾ ਕਿ ਤੁਸੀਂ ਆਪਣੀਆਂ ਜਿਹੜੀਆਂ ਕਲਾਈਮੇਟ ਪਾਲਿਸਿਜ਼ ਨੂੰ ਚੇਂਜ ਕਰ ਲਓ ਨਹੀਂ ਸਾਡੀ ਫਸਲ ਖਰਾਬ ਹੋ ਜੇ ਨਹੀਂ ਤਾਂ ਸਾਡੀ ਫਸਲੀ ਚੱਕਰ ਖਤਮ ਹੋ ਜੂ ਸਨ 2006 ਤੋਂ ਲੈ ਕੇ ਸਨ 2011 ਤੱਕ ਲਗਾਤਾਰ 5 ਸਾਲ ਸੋਕਾ ਪਿਆ ਉੱਥੇ ਸੁੱਕਾ ਪਿਆ ਫਸਲ ਖਤਮ ਹੋ ਗਈ ਜਿਹੜੇ ਪਿੰਡਾਂ ਵਾਲੇ ਲੋਕ ਜਿਹੜੇ ਸੀਗੇ ਉਹ ਵੱਡੇ ਵੱਡੇ ਜ਼ਿਮੀਂਦਾਰ ਜਿਹੜੇ ਸੀਗੇ ਜਾਂ ਜਿਹੜੇ ਪਿੰਡਾਂ ਦੀ ਜਿਹੜੀ ਪਾਪੂਲੇਸ਼ਨ ਸੀ ਜਿਹਦੀ ਜਿਹੜੀ ਖੇਤੀਬਾੜੀ ਤੇ ਡਿਪੈਂਡ ਕਰਦੀ ਸੀਗੀ ਨਿਰਭਰ ਕਰਦੀ ਸੀ ਉਹ ਸ਼ਹਿਰਾਂ 'ਚ ਚਲੇ ਗਈ ਸ਼ਹਿਰਾਂ ਦੇ ਵਿੱਚ ਜਾਦਾ ਰਸ਼ ਪੈ ਗਿਆ ਜਿਹੜੀ ਬੇਰੋਜ਼ਗਾਰੀ ਸ਼ਹਿਰਾਂ ਦੇ ਵਿੱਚ ਬਹੁਤ ਵਧ ਗਈ ਉਹਦੇ ਨਾਲ ਇੱਕ ਫ੍ਰਿਕਸ਼ਨ ਹੋਈ ਸਰਕਾਰ ਦੇ ਵਿੱਚ ਤੇ ਕਿਸਾਨਾਂ ਦੇ ਵਿੱਚ ਉਹਨੇ ਇੰਨਾ ਖਤਰਨਾਕ ਭੈਂਕਰ ਰੂਪ ਲਿਆ ਜਿਹਦੇ ਜਿਹਨੂੰ ਅਸੀਂ ਕਹਿੰਦੇ ਆ ਕਿ ਸੀਰੀਆ ਦੇ ਵਿੱਚ ਜਿਹੜਾ ਜਿਹੜਾ ਟੈਰਰਿਜ਼ਮ ਫੈਲਾ ਜਿਹੜਾ ਆਤੰਗ ਅਤਵਾਦ ਜਿਹੜਾ ਸੀਰੀਆ ਦੇ ਵਿੱਚ ਫੈਲਿਆ ਉਹਦਾ ਸੇਕ ਯੂਰਪ ਦੇ ਕਈ ਦੇਸ਼ਾਂ ਨੂੰ ਵੀ ਚੱਲਣਾ ਪਿਆ। ਤੋਂ ਸੈਕੰਡ ওয়ার্ল্ড ਵਾਰ ਦੇ ਵਿੱਚ ਜਦੋਂ ਬੰਗਾਲ ਦੇ ਵਿੱਚ ਫੈਮਿਨ ਪਿਆ ਉਸ ਵੇਲੇ ਸਾਰਾ ਅਨਾਜ ਹੈ ਜਿਹੜਾ ਉਹ ਫਰੰਟ ਤੇ ਪਹੁੰਚਦਾ ਚਰਚਿਲ ਨੇ ਇੱਥੇ ਬੰਦਾ ਪਤਾ ਨਹੀਂ 40-45 ਲੱਖ ਭੁੱਖਾ ਮਰ ਗਿਆ। ਇੰਨੀ ਵੱਡੀ ਤਰਾਸ ਦੀ ਇੱਕ ਕਾਰਪੋਰੇਟ ਰਾਜ ਹੈ ਆ ਜਿਹੜਾ ਹੈ ਨਾ ਕਿਸੇ ਦੇਸ਼ ਦੀ ਸਰਕਾਰ ਚੁਣੀ ਗਈ ਆ ਫਲਾਣੀ ਪਾਰਟੀ ਐ ਇਹ ਫਲਾਣਾ ਪ੍ਰਾਈਮ ਮਿਨਿਸਟਰ ਆ ਫਲਾਣਾ ਪ੍ਰੈਜ਼ੀਡੈਂਟ ਆ ਇਹ ਪਿਗਮੀਜ਼ ਹੈਗੇ ਆ ਇਹਨਾਂ ਨੂੰ ਬਣਾਇਆ ਜਾਂਦਾ ਉਹਨਾਂ ਦੁਆਰਾ ਹੀ ਤਾਂ ਕਿ ਉਹਨਾਂ ਦਾ ਕੰਜ਼ਿਊਮਰਿਜ਼ਮ ਦੇ ਵਿੱਚ ਸਾਰੇ ਬੰਦਿਆਂ ਨੂੰ ਫਸਾਓ ਜ਼ਮੀਨ ਦੀ ਮਾਲਕੀ ਤੋਂ ਪਾਸੇ ਕਰੋ ਇਹਨਾਂ ਨੂੰ ਬੋਨੇ ਕਰ ਦਿਓ ਇਹਨਾਂ ਸਭ ਨੂੰ ਮਜ਼ਦੂਰ ਬਣਾ ਦਿਓ ਪਿਖਮੰਗੇ ਬਣਾ ਦਿਓ ਇਹਨਾਂ ਨੂੰ ਤੇ ਇਹ ਸਾਡੇ ਭਾਤੇ ਸਾਡੀਆਂ ਚੀਜ਼ਾਂ ਖਰੀਦਣ ਨੂੰ ਮਜਬੂਰ ਹੋ ਜਾਣ ਮਰਦਾ ਕਿਆ ਨਾ ਕਰਦਾ ਕਰੋ ਜੀ ਖਾਣ ਨੂੰ ਥੋੜਾ ਜਿਹਾ ਲੈਓ ਕਿਤੋਂ ਉਸ ਤੋਂ ਬਾਅਦ ਜਿੰਨੇ ਰੈਵਨਿਊ ਲਾਜ਼ ਨੇ ਐਗਜ਼ਿਸਟਿੰਗ ਆਪਣੇ ਦੇਸ਼ ਦੇ ਵਿੱਚ ਉਹ ਲਾਜ਼ ਚਾਹੇ ਐਸ ਡੀ ਐਮ ਤੋਂ ਹੁੰਦੇ ਹੋਏ ਐਫ ਸੀ ਫਾਈਨੈਂਸ਼ੀਅਲ ਕਮਿਸ਼ਨਰ ਤੱਕ ਜਾਂਦੇ ਨੇ ਲੇਕਿਨ ਉਹਨਾਂ ਦੇ ਫੈਸਲਿਆਂ ਨੂੰ ਬਾਅਦ ਚ ਸਕਰੂਟੀ ਲਈ ਅਵੇਲੇਬਲ ਹੈ ਵੀ ਹਾਈ ਕੋਰਟਸ 'ਚ ਉਹਨਾਂ ਦੇ ਫੈਸਲੇ ਚੈਲੰਜ ਹੋ ਸਕਦੇ ਨੇ ਪਰ ਇਸ ਐਕਟ ਦੇ ਵਿੱਚ ਉਸ ਚੀਜ਼ ਨੂੰ ਜੋ ਹੈ ਇੱਕ ਤਰੀਕੇ ਦੀ ਰੋਕ ਲਾ ਦਿੱਤੀ ਗਈ ਹੈ ਸੁਪਰੀਮ ਕੋਰਟ ਜੋ ਜਜਮੈਂਟਾਂ ਆਈਆਂ ਨੇ ਕਈ ਵਾਰੀ ਤਾਂ ਉਸ ਰੂਪ ਦੇ ਵਿੱਚ ਕਈ ਵਾਰ ਟਸਲ ਚੱਲਦੀ ਹੈ ਵੀ ਲੈਜਿਸਲੇਚਰ ਜਦੋਂ ਐ ਆਪਦੇ ਕਾਨੂੰਨ ਬਣਾਉਂਦੀ ਹੈ ਉਹ ਕੋਸ਼ਿਸ਼ ਕਰਦੀ ਹੈ ਵੀ ਸਾਡਾ ਕਾਨੂੰਨ ਜਿਹੜਾ ਬਣਾਇਆ ਹੋਇਆ ਹੈ ਉਹ ਕਿਤੇ ਨਾ ਕਿਤੇ ਸੁਪਰੀਮ ਕੋਰਟ ਜਾਂ ਕੋਰਟਾਂ ਦੇ ਜਾਂ ਜੁਡੀਸ਼ਰੀ ਦੇ ਡੋਮੇਨ ਤੋਂ ਉਹਨੂੰ ਬਾਹਰ ਰੱਖਿਆ ਜਾਵੇ ਤਾਂ ਕਿ ਅਸੀਂ ਆਪਣੀ ਮਨਿਆਈ ਕਰ ਸਕੀਏ ਸਾਡੇ ਕੰਮ ਦੇ ਵਿੱਚ ਕੋਈ ਰੁਕਾਵਟ ਨਾ ਬਣੇ ਤਾਂ ਉਸੇ ਰੂਪ ਦੇ ਵਿੱਚ ਇਹ ਐਕਟ ਦੇ ਵਿੱਚ ਵੀ ਜਿਹੜੇ ਪ੍ਰੋਵੀਜ਼ਨ ਜਿਸ ਰੂਪ ਚ ਡਿਸਪਿਊਟ ਨੂੰ ਰਿਸੋਲਵ ਕਰਨ ਲਈ ਪਾਏ ਗਏ ਨੇ ਉਤੇ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਗਈ ਹੈ ਵੀ ਜੁਡੀਸ਼ੀਅਲ ਡੋਮੇਨ ਨੂੰ ਜੋ ਹੈ ਇਸ ਚੀਜ਼ ਤੋਂ ਬਾਹਰ ਰੱਖਿਆ ਜਾਵੇ ਜੁਡੀਸ਼ਰੀ ਦੇ ਵਿੱਚ ਰੋਕ ਲਾਈ ਗਈ ਹੈ ਇੱਕ ਰੂਪ ਚ ਬਾਹਰ ਲਾਈ ਗਈ ਹੈ ਵੀ ਸਿਵਲ ਕੋਰਟਾਂ ਦੇ ਵਿੱਚ ਚਾਹੇ ਸਿਵਲ ਨੇਚਰ ਦੇ ਡਿਸਪਿਊਟ ਹੋਣਗੇ ਕਿਸਾਨ ਤੇ ਟਰੇਡਰ ਦੇ ਵਿੱਚ ਪਰ ਫਿਰ ਵੀ ਇੱਕ ਰੁਕਾਵਟ ਲਗਾ ਦਿੱਤੀ ਗਈ ਹੈ ਵੀ ਬੰਦਾ ਜੋ ਹੈ ਕਿਸਾਨ ਜੋ ਹੈ ਜਾਂ ਕੋਈ ਪੀੜਿਤ ਹੈ ਉਹ ਕੋਟਾਂ ਦਾ ਦਰਵਾਜ਼ਾ ਨਹੀਂ ਖੜਕਾ ਸਕੇਗਾ ਇਹਨਾਂ ਮਾਮਲਿਆਂ ਦੇ ਵਿੱਚ ਜੋ ਫੈਸਲਾ ਕੀਤਾ ਐ ਐਸਡੀਐਮ ਨੇ ਵੱਧ ਤੋਂ ਵੱਧ ਤੁਸੀਂ ਕਲੈਕਟਰ ਤੱਕ ਅਪੀਲ ਕਰ ਸਕਦੇ ਹੋ ਉਹਦੇ ਫੈਸਲੇ ਦੀ ਉਸ ਤੋਂ ਬਾਅਦ ਤੁਹਾਡੀ ਕਿਤੇ ਕੋਈ ਸੁਣਵਾਈ ਨਹੀਂ ਹੈ ਅਸੀਂ ਲੇਬਰ ਕਰਦੇ ਆ ਸਾਡੀ ਲੇਬਰ ਦੀ ਕੀਮਤ ਹੈ ਜਿਹੜੀ ਉਹ 100 ਰੁਪਿਆ ਫਿਰ 90 ਫਿਰ 80 ਫਿਰ 85 ਤੇ ਫਿਰ 70 ਫਿਰ ਯਾਨੀ ਸਾਨੂੰ ਸ਼ਾਇਦ 5 ਰੁਪਏ ਵੀ ਉਹਦੀ ਕੀਮਤ ਨਾ ਛੱਡਣ 100 ਰੁਪਏ ਦੇ ਪਿੱਛੇ ਸਾਰੀ ਹਟਾਪ ਕਰੀ ਜਾਂਣ ਇਹ ਕਹਾਣੀ ਚੱਲਦੀ ਪਈ ਆ ਇਸ ਨੂੰ ਰਾਸ਼ਟਰਵਾਦ ਦੇ ਇੱਕ ਝੂਠੇ ਨਕਾਬ ਦੇ ਥੱਲੇ ਕਾਰਪੋਰੇਟਸ ਨੇ ਸੈਕੰਡ ਵਰਲਡ ਵਾਰ ਤੋਂ 3rd ਵਰਡ ਕੰਟਰੀਜ਼ ਦੇ ਵਿੱਚ ਲਾਗੂ ਕੀਤਾ ਹੋਇਆ ਅਤੇ ਇੱਕ ਜਮੂਦ ਹੈ ਇੱਕ ਜਾਦੂ ਹੈ ਜਿਹੜਾ ਸਾਡੀ ਪ੍ਰਾਇਮਰੀ ਕਲਾਸ ਦੇ ਬੱਚੇ ਤੋਂ ਲੈ ਕੇ ਯੂਨੀਵਰਸਿਟੀ ਦੇ ਲੈਵਲ ਦੀ ਪੜ੍ਹਾਈ ਤਿੱਕਰ ਤੇ ਅੱਗੇ ਡਾਕਟਰ ਤਿੱਕਰ ਇਹ ਸਾਰਾ ਜਮੂਦ ਸਾਨੂੰ ਫੀਡ ਕੀਤਾ ਜਾਂਦਾ ਅਤੇ ਸਾਨੂੰ ਫਿਰ ਉਸ ਤੋਂ ਬਿਨਾਂ ਦੀ ਸੋਚ ਹੀ ਕੁਝ ਨਹੀਂ ਸਕਦੇ ਕਿਉਂਕਿ ਸਾਨੂੰ ਸਿਖਾਈ ਹੋ ਗਿਆ ਜਿਹੜੀ ਕਾਰਪੋਰੇਟ ਆ ਉਹ ਜ਼ਿਆਦਾ ਬੈਨੇਫਿਟ ਦੇ ਸਕਦੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਾਰਪੋਰੇਟ ਕੋਲੇ ਐਕਸਪਰਟਸ ਨੇ ਉਹਨਾਂ ਕੋਲੇ ਬਿਹਤਰ ਮਸ਼ੀਨਰੀ ਦੇ ਨਾਲ ਜਾਂ ਬਿਹਤਰ ਤਰੀਕੇ ਦੇ ਨਾਲ ਜਿਹੜੇ ਐਗਰੀਕਲਚਰ ਐਕਸਪਰਟਸ ਦੇ ਨਾਲ ਉਹ ਜਿਹੜੀ ਗੇਨ ਆ ਉਹ ਮਤਲਬ ਕਿ ਲੈ ਸਕਦੇ ਆ ਪਰ ਇਹਦੇ ਵਿੱਚ ਫਰਕ ਇਹ ਜਿਹੜਾ ਇਹ ਹੈ ਉਹ ਕਿ ਸਾਡੇ ਕੋਲੇ ਸਾਨੂੰ ਕਾਰਪੋਰੇਟ ਦੀ ਜ਼ਰੂਰਤ ਨਹੀਂ ਹੈ ਕਾਰਪੋਰੇਟ ਨੂੰ ਸਾਡੀ ਜ਼ਰੂਰਤ ਆ ਇੱਥੇ ਇਹ ਫਰਕ ਆ ਮਤਲਬ ਇਹ ਪਾਲਿਸੀਜ਼ ਦੇ ਨਾਲ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਖੇਤੀ ਨੂੰ ਕਾਰਪੋਰੇਟ ਦੀ ਜ਼ਰੂਰਤ ਆ ਇਹ ਬਲਕਿ ਗੱਲ ਪੁੱਠੀ ਆ ਕਾਰਪੋਰੇਟ ਨੂੰ ਖੇਤੀ ਦੀ ਜ਼ਰੂਰਤ ਆ ਸਾਡੇ ਕੋਲੇ ਜੇ ਬਿਹਤਰ ਤਕਨੀਕਾਂ ਚਾਹੀਦੀਆਂ ਨੇ ਸਾਨੂੰ ਉਹ ਕਾਰਪੋਰੇਟ ਤੋਂ ਨਹੀਂ ਚਾਹੀਦੀਆਂ ਸਾਨੂੰ ਉਹ ਬਿਹਤਰ ਤਕਨੀਕ ਅਗਰੀਕਲਚਰ ਯੂਨੀਵਰਸਿਟੀਜ਼ ਤੋਂ ਚਾਹੀਦੀਆਂ ਨੇ ਸਾਨੂੰ ਬਿਹਤਰ ਬੀਜ ਚਾਹੀਦੇ ਨੇ ਸਾਨੂੰ ਬਿਹਤਰ ਬੀਜ ਬੀਜ ਸਾਨੂੰ ਕਾਰਪੋਰੇਟ ਤੋਂ ਨਹੀਂ ਚਾਹੀਦੇ ਸਾਨੂੰ ਉਹ ਬਿਹਤਰ ਬੀਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਚਾਹੀਦੇ ਨੇ ਸਾਨੂੰ ਖੇਤੀਬਾੜੀ ਯੂਨੀਵਰਸਿਟੀ ਤੋਂ ਚਾਹੀਦੇ ਨੇ ਜਿਹੜੀ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਜਿਹੜੀ ਉਹ ਤਕਨੀਕ ਜਿਹੜੀ ਕਹਿੰਦੇ ਨੇ ਨਾ ਕਿ ਉਪਜ ਵੱਧ ਜੂਗੀ ਤੇ ਮੁਨਾਫਾ ਵੱਧ ਜੂਗਾ ਉਹ ਜਿਹੜਾ ਜ਼ਿੰਮੇਵਾਰੀ ਸਰਕਾਰ ਆਪਦੇ ਗਣੋਂ ਲਾ ਕੇ ਕਾਰਪੋਰੇਟ ਦੇ ਗੱਲ ਪਾ ਰਹੀ ਹੈ ਤੇ ਕਾਰਪੋਰੇਟ ਕਦੇ ਵੀ ਫਾਇਦੇ ਤੋਂ ਬਿਨਾਂ ਤਾਂ ਗੱਲ ਨਹੀਂ ਕਰਦੀ ਇਹਦਾ ਮਤਲਬ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫੰਡਿੰਗ ਯੂਨੀਵਰਸਿਟੀਆਂ ਨੂੰ ਹੁੰਦੀ ਹੈ ਰਿਸਰਚ ਵਾਸਤੇ ਉਹ ਵੀ ਬੰਦ ਕਰ ਦੇਣਗੇ ਉਹ ਵੀ ਕਹਿਣਗੇ ਕਿ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਕੋਈ ਕਾਰਪੋਰੇਟ ਖਰੀਦ ਲਵੇ ਕਿ ਉਹ ਉਹ ਚਲਾਉਣ ਲੱਗ ਜਵੇ ਜਿਹੜੀ ਜਿਹੜੀ ਤਕਨੀਕ ਜਾਂ ਜਿਹੜੀ ਮਤਲਬ ਜਿਹੜਾ ਇਹ ਕਹਿ ਰਹੀ ਹੈ ਕਿ ਅਸੀਂ ਸਮਝਾਉਣ ਤੋਂ ਸਫਲ ਰਹੇ ਹਾਂ ਜਾਂ ਜਿਹੜੀ ਉਹ ਕਹਿੰਦੀ ਹੈ ਕਿ ਕਿਸਾਨ ਸਮਝ ਜਾਣਾ ਉਹਦਾ ਮੇਨ ਇਹ ਗੱਲ ਕਾਰਨ ਹੈ ਕਿ ਕਿਸਾਨ ਸਮਝ ਚੁੱਕਿਆ ਆ ਸੱਦ ਵਿੱਚ ਸਰਕਾਰ ਨਹੀਂ ਸਮਝ ਰਹੀ ਕਿਸਾਨ ਸਮਝ ਚੁੱਕਿਆ ਕਿ ਉਹਦਾ ਫਾਇਦਾ ਕਿਸ ਚੀ ਦੇ ਵਿੱਚ ਆ ਜਿਹੜੀ ਜ਼ਿੰਮੇਵਾਰੀ ਸਰਕਾਰ ਨੂੰ ਅਸੀਂ ਚੁਣ ਕੇ ਉੱਪਰ ਭੇਜਿਆ ਜਿਹੜੀ ਜਵਾਬਦੇਹੀ ਆ ਉਹ ਜਵਾਬਦੇਹੀ ਕਿਸਾਨਾਂ ਦੇ ਵਿੱਚ ਤਕਨੀਕ ਦੇ ਬਾਰੇ ਉਹ ਯੂਨੀਵਰਸਿਟੀ ਦੀ ਜਵਾਬਦੇਹੀ ਬਣਾਵੇ ਨਾ ਕਿ ਅਸੀਂ ਮਨਸੈਂਟੋ ਵਰਗੀਆਂ ਜਾਂ ਕਿਸੇ ਕੰਪਨੀਆਂ ਦੇ ਥੱਲੇ ਲੱਗੀ ਜਦੋਂ ਅੰਗਰੇਜ਼ ਇੰਡੀਆ ਚ ਆਏ ਆ ਉਸ ਲਈ ਡੈਮੋਕ੍ਰੇਸੀ ਨਾਂ ਦੀ ਚੀਜ਼ ਆ ਜਿਹੜੀ ਉਹ ਕੋਈ ਇੰਗਲੈਂਡ ਵਿੱਚ ਵੀ ਨਹੀਂ ਸੀ ਹੁਣ ਉਥੇ ਕਨਸਟੀਚਿਊਸ਼ਨਲ ਕਿੰਗਸ਼ਿਪ ਹੈ ਕਿੰਗਸ਼ਿਪ ਤਾਂ ਹੈ ਪਰ ਕਨਸਟੀਚਿਊਸ਼ਨਲ ਕਿੰਗਸ਼ਿਪ ਹੈ ਤਾਂ ਜਦੋਂ ਅੰਗਰੇਜ਼ ਇੱਥੇ ਆਏ ਉਹਨਾਂ ਨੇ ਕਾਨੂੰਨ ਬਣਾਉਣੇ ਸ਼ੁਰੂ ਕੀਤੇ ਤੇ ਉਹ ਕਾਨੂੰਨ ਕੋਈ ਬੰਗਾਲ ਐਕਟ ਹੈ ਕੋਈ ਕਰਨਾਟਕਾ ਐਕਟ ਹੈ ਕੋਈ ਇਹ ਐਕਟ ਉਹ ਜਿਵੇਂ ਉਹ ਸਾਰੇ ਇੰਡੀਆ 'ਚ ਫੈਲ ਗਏ ਤਾਂ 올 ਇੰਡੀਆ ਲਾਅ ਬਣਨੇ ਸ਼ੁਰੂ ਹੋ ਗਏ ਉਹ ਸਾਰੇ ਕਾਨੂੰਨ ਜਿਹੜੇ ਹੈ ਉਹ ਰਾਜਤੰਤਰੀ ਕਾਨੂੰਨ ਹੈ ਟੂ ਗਵਰਨ ਗਵਰਨਸ ਦੇ ਕਾਨੂੰਨ ਹੈ ਜੇ ਡੈਮੋਕਰੈਟਿਕ ਲਾ ਨਹੀਂ ਹੈ ਉਹ ਡੈਮੋਕਰੈਟਿਕ ਲਾ ਤਾਂ ਤਾਂ ਹੁੰਦਾ ਨਾ ਜੇ ਅਸੀਂ ਡੈਮੋਕਰੇਸੀ ਹੁੰਦੇ ਫਿਰ ਅਸੀਂ ਜਾਗਰੂਕ ਹੁੰਦੇ ਅਸੀਂ ਉਹ ਜੇ ਬੰਦੇ ਚੁਣਦੇ ਉਹ ਸਾਡੇ ਲਈ ਕਾਨੂੰਨ ਬਣਾਉਂਦੇ ਸੋ ਇਹ ਰਾਜਤੰਤਰੀ ਕਾਨੂੰਨ ਹੈ ਸੋ ਰਾਜਤੰਤਰੀ ਕਾਨੂੰਨ ਦੇ ਵਿੱਚ ਇੱਕ ਹੋਰ ਅੱਗੇ ਹੈ ਕਿ ਅੰਗਰੇਜ਼ਾਂ ਨੂੰ ਬਿਲਕੁਲ ਭਰੋਸਾ ਨਹੀਂ ਸੀ ਇੰਡੀਅਨਸੇ ਉਹਨਾਂ ਨੇ 1935 ਦੇ ਐਕਟ ਦੇ ਸਟੇਟਾਂ ਤਾਂ ਬਣਾਈਆਂ ਸਟੇਟਾਂ ਦੀਆਂ ਸਰਕਾਰਾਂ ਵੀ ਚੁਣੀਆਂ ਗਈਆਂ ਪੰਜਾਬ ਦੀ ਯੂਨੀਅਨਿਸਟ ਪਾਰਟੀ ਚੁਣੀ ਗਈ ਸੀ ਲੇਕਿਨ ਸੈਂਟਰਲ ਗਵਰਨਮੈਂਟ ਨੇ ਜਿਹੜੀ ਬ੍ਰਿਟਿਸ਼ ਦੀ ਗਵਰਨਮੈਂਟ ਸੀਗੀ ਉਹਨਾਂ ਨੇ ਜਿਹੜੀਆਂ ਸਟੇਟ ਪਾਵਰਸ ਐ ਉਹੋ ਆਈਸੀਐਸ ਤੇ ਆਈਪੀਐਸ ਅਤੇ ਹੋਰ ਸੈਂਟਰਲ ਸੇਵਾਵਾਂ ਨੂੰ ਆਪਣੇ ਕੰਟਰੋਲ ਚ ਰੱਖੀਆਂ ਇਹ ਸਟੇਟਾਂ ਨੂੰ ਭੁਲੇਖਾ ਸੀਗਾ ਕਿ ਸ਼ਾਇਦ ਉਹ ਰਾਜ ਕਰ ਸਕਦੀਆਂ ਐਕਚੁਅਲੀ ਰਾਜ ਨਹੀਂ ਸੀ ਕਰ ਰਹੀਆਂ ਇਹ ਜਿੰਨੇ ਵੀ ਕਮਿਸ਼ਨਰ ਡਿਪਟੀ ਕਮਿਸ਼ਨਰ ਜਾਂ ਤੁਹਾਡੇ ਪੁਲਿਸ ਆਫਸਰ ਸਾਰੇ ਇਹਨਾਂ ਨੂੰ ਜਿਹੜੀ ਹੋਮ ਕਾਉਂਸਲ ਹੈ ਸੈਂਟਰ ਦੀ ਉਹਨਾਂ ਵੱਲੋਂ ਜੋ ਇਸ਼ਾਰੇ ਮਿਲਦੇ ਉਦਾਂ ਕਰਦੇ ਆ ਅੱਜ ਵੀ ਜੇ ਕੋਈ ਕਾਨੂੰਨ ਬਣਾਉਣਾ ਜਾਂ ਕੋਈ ਫਾਈਨਲ ਡਿਸੀਜਨ ਲੈਣਾ ਤਾਂ ਤੇ ਸੈਕਟਰੀ ਆਫ ਸਟੇਟ ਦੇ ਦਸਤਖਤ ਹੁੰਦੇ ਆ ਤਾਂ ਉਹ ਗਵਰਨਮੈਂਟ ਦਾ ਲਾਅ ਮੰਨਿਆ ਜਾਂਦਾ ਆਦਰਵਾਇਜ਼ ਨਹੀਂ ਉਧਰ ਗਵਰਨਰ ਦਾ ਠੀਕ ਆ ਤੋ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਡਿਊਲ ਐਡਮਿਨਿਸਟ੍ਰੇਸ਼ਨ ਚੱਲ ਰਹੀ ਆ ਸਟੇਟ ਐਡਮਿਨਿਸਟ੍ਰੇਸ਼ਨ ਸਿਰਫ ਦਿਖਾਉਣ ਨੂੰ ਹੀ ਐ ਐਕਚੁਅਲੀ ਸੈਂਟਰ ਦੀ ਮਰਜ਼ੀ ਚੱਲਦੀ ਐ ਪਹਿਲੇ ਹੀ ਮੈਂ ਉਮੀਦ ਕਰਦਾ ਹਾਂ ਕਿ ਜਿਹੜੇ ਕਾਨੂੰਨ ਨੇ ਉਹ ਸਰਕਾਰ ਵਾਪਸ ਲਏਗੀ ਤੇ ਜਿਹੜੇ ਨਵੇਂ ਕਾਨੂੰਨ ਬਣਾਉਣਗੇ ਉਹ ਉਹਦੇ ਵਿੱਚ ਅ ਕਿਸਾਨਾਂ ਦੀ ਜਿਹੜੀ ਹਿੱਸੇਦਾਰੀ ਆ ਉਸ ਉਹਨਾਂ ਨੂੰ ਉਹਨਾਂ ਦੀ ਕਰਾਫ ਜਿਹੜੀ ਉਹਨੂੰ ਕਰਾਫਟ ਕਰਨਗੇ ਜਿਹੜੀ ਉਹਦੇ ਵਿੱਚ ਹਿੱਸੇਦਾਰੀ ਹੈ ਉਹਨੂੰ ਬਣਾਉਣ ਦੇ ਵਿੱਚ ਜਿਹੜੀ ਕਿਸਾਨਾਂ ਦੀ ਹਿੱਸੇਦਾਰੀ ਉਹ ਵੰਤਰ ਹੋਏਗੀ ਤਾਂ ਕਿ ਅਸੀਂ ਜਿਹੜੇ ਕਿਸਾਨੀ ਹੱਕ ਨੇ ਉਹ ਵੀ ਬਚਾ ਸਕੀਏ ਤੇ ਆਉਣ ਵਾਲੀ ਜਿਹੜੀ ਸਾਡੀ ਪਾਪੂਲੇਸ਼ਨ ਆ ਜਿਹੜੀ ਸਾਡੀ ਆਉਣ ਵਾਲੀ ਜਨਸੰਖਿਆ ਅਸੀਂ ਸਾਡਾ ਆਉਣ ਵਾਲੇ ਸਾਡੇ ਦੇਸ਼ ਦਾ ਜਿਹੜਾ ਭਵਿੱਖ ਆ ਅਸੀਂ ਉਹਨੂੰ ਵੀ ਬਚਾ ਸਕੀਏ